ਮੈਂ ਗੁਜ਼ਾਰਿਸ਼ ਕਰਾਂਗਾ ਪੰਜਾਬੀ ਦੇ ਬੜੇ ਹੀ ਨਾਮਵਰ ਸ਼ਾਇਰ ਏਐਚ ਆਤਫ ਕੋਲੋਂ ਕਿ ਜਨਾਬ ਫੈਸਲਾਬਾਦ ਤੋਂ ਆਏ ਨੇ, ਮਜਲਿਸ ਲੁੱਟ ਲੈਣਾ ਇਹਨਾਂ ਦਾ ਪੇਸ਼ਾ। ਜਿਸ ਮਜਲਿਸ ਵਿੱਚ ਗਏ ਕਲਾਮ ਸੁਣਾਇਆ ਤੇ ਅੱਜ ਅਵਲ ਤਾਂ ਆਖਰ ਲੋਕ ਦਾਤ ਦੇਣ ਤੇ ਮਜਬੂਰ ਹੋ ਗਏ। ਮੈਂ ਦਾਵਤ ਦਿਆਂਗਾ ਜਨਾਬ ਆਤਫ ਪੰਜਾਬੀ, ਇਹਨਾਂ ਨੇ ਭਰਪੂਰ ਤਾਲੀਆਂ। ਸਭ ਤੋਂ ਪਹਿਲੇ ਇਸ ਸੁਨੱਖੇ ਸੋਹਣੇ ਤੇ ਸੁਚੱਜੇ ਇਕੱਠ ਉੱਤੇ ਇਹਦੇ ਆਗੂਆਂ ਨੂੰ ਢੇਰ ਵਧਾਈਆਂ ਤੇ ਸਭ ਤੋਂ ਵੱਡੀਆਂ ਵਧਾਈਆਂ ਮੇਰੇ ਸੱਜੇ ਪੈਸੇ ਮੇਰੇ ਭੈਣਾਂ ਮੇਰੀਆਂ ਬੀਬੀਆਂ ਬਾਲ ਬਾਲੜੀਆਂ ਵੇਖ ਕੇ ਯਕੀਨ ਕਰੋ ਬਹੁਤ ਖੁਸ਼ੀ ਹੋਈ। ਅੱਜ ਦਾ ਇਕੱਠ ਮੈਨੂੰ ਕੋਈ ਸ਼ਗਨਾਂ ਵਾਲਾ ਵਿਹੜਾ ਹੀ ਲੱਗ ਰਿਹਾ, ਬਹੁਤ ਸੋਹਣਾ ਲੱਗਾ। ਜਿੰਨੀ ਦੇਰ ਤੱਕ ਸਾਡੀਆਂ ਬੀਬੀਆਂ ਭੈਣਾਂ ਸਾਡੇ ਨਾਲ ਨਹੀਂ ਖਲੋਣਗੀਆਂ ਅਸੀਂ ਕੁਝ ਨਹੀਂ ਕਰ ਸਕਦੇ, ਗੱਲਾਂ ਬਹੁਤ ਹੋ ਚੁੱਕੀਆਂ ਨੇ। ਮੈਂ ਅੱਖਰਾਂ ਰਾਹੀਂ ਨਜ਼ਮਾਂ ਰਾਹੀਂ ਕੁਝ ਚੀਜ਼ਾਂ ਕਹਿਣਾ ਚਾਹੁੰਦਾ, ਬਸ ਸੁਣ ਲੈਣਾ ਤੁਹਾਡੀ ਮੁਹੱਬਤ ਹੋਏਗੀ। ਉਹ ਵੈਣ ਜਿਹੜੇ ਅਸੀਂ ਗੱਲਾਂ ਨਾਲ ਕਰਦੇ ਹਾਂ ਮਾਂ ਬੋਲੀ ਦੇ ਹਵਾਲੇ ਨਾਲ, ਉਹ ਵੈਣ ਮੈਂ ਆਪਣੀ ਸ਼ਾਇਰੀ ਵਿੱਚ ਕੀਤੇ ਨੇ। ਤੇ ਮੈਂ ਇੱਕ ਨਜ਼ਮ ਦੇਖਣਾ ਜ਼ਰਾ ਕਿ ਨੀ ਮਾਂ ਮੇਰੀ ਦੀਏ ਬੋਲੀਏ, ਨੀ ਮਾਂ ਮੇਰੀ ਦੀਏ ਬੋਲੀਏ, ਨੀ ਮਾਂ ਮੇਰੀ ਦੀਏ ਬੋਲੀਏ, ਤੱਕ ਨਿੱਜ ਸਮੇਂ ਦਾ ਕਹਿਰ ਜੋਸ਼ਾ ਜੀ, ਨੀ ਮਾਂ ਮੇਰੀ ਦੀਏ ਬੋਲੀਏ ਸਾਨੂੰ ਆਵੇ ਤੇਥੋਂ ਸੰਗ, ਨੀ ਮਾਂ ਮੇਰੀ ਦੀਏ ਬੋਲੀਏ ਸਾਨੂੰ ਆਵੇ ਤੇਥੋਂ ਸੰਗ, ਚੇਤਰ ਜਿਹਾ ਬੁੱਲੀ ਚਾੜ ਲੈ ਅਸੀਂ ਓਪਰੇ ਓਪਰੇ ਰੰਗ, ਤੇ ਨੀ ਮਾਂ ਮੇਰੀ ਦੀਏ ਬੋਲੀਏ ਸਾਨੂੰ ਹਾਕਮ ਲੱਭੇ ਕੂੜ, ਸਾਡੀ ਰਾਹ ਡੱਕੀ ਮਦਰਸਿਓ ਤੇਰੀ ਜਿਬ ਨੂੰ ਦਿੱਤਾ ਨੂੜ, ਤੇ ਨੀ ਮਾਂ ਨੀ ਮਾਂ ਮੇਰੀ ਦੀਏ ਬੋਲੀਏ ਜਦੋਂ ਵਿਹੜੇ ਵੱਜੀ ਕੰਧ, ਇਹ ਪੰਡਤਾਂ ਤੇ ਮਲਵਾਣਿਆ ਸਾਡੇ ਅੱਖਰ ਦਿੱਤੇ ਵੰਡ, ਨੀ ਮਾਂ ਮੇਰੀ ਦੀਏ ਬੋਲੀਏ ਜਦੋਂ ਵਿਹੜੇ ਵੱਜੀ ਕੰਧ, ਇਹ ਪੰਡਤਾਂ ਤੇ ਮਲਵਾਣਿਆ ਸਾਡੇ ਅੱਖਰ ਦਿੱਤੇ ਵੰਡ, ਤੇ ਨੀ ਮਾਂ ਮੇਰੀ ਦੀਏ ਬੋਲੀਏ ਤੈਨੂੰ ਕੀਕਣ ਦੱਸਾਂ, ਏ ਸਿਰ ਚਾੜ ਕੇ ਉਬੜ ਬੋਲੀਆਂ ਅਸੀਂ ਆਪ ਉਡਾਈ ਖੇ, ਨੀ ਮਾਂ ਮੇਰੀ ਦੀਏ ਬੋਲੀਏ ਤੈਨੂੰ ਕੀਕਣ ਦੱਸਾਂ, ਏ ਸਿਰ ਚਾੜ ਕੇ ਉਬੜ ਬੋਲੀਆਂ ਅਸੀਂ ਆਪ ਉਡਾਈ ਖੇ, ਤੇ ਨੀ ਮਾਂ ਮੇਰੀ ਦੀਏ ਬੋਲੀਏ ਤੱਕ ਨਿੱਜ ਸਮੇਂ ਦਾ ਕਹਿਰ, ਉਂਜ ਬਾਹੂ ਬੁੱਲਾ ਪੂਜਦੇ ਪਰ ਬੋਲੀ ਦੇ ਨਾਲ ਵੈਰ, ਨੀ ਮਾਂ ਮੇਰੀ ਦੀਏ ਬੋਲੀਏ ਤੱਕ ਨਿੱਜ ਸਮੇਂ ਦਾ ਕਹਿਰ, ਉਂਜ ਬਾਹੂ ਬੁੱਲਾ ਪੂਜਦੇ ਪਰ ਬੋਲੀ ਦੇ ਨਾਲ ਵੈਰ, ਤੇ ਨੀ ਮਾਂ ਮੇਰੀ ਦੀਏ ਬੋਲੀਏ ਹੁਣ ਲੇਖੋ ਨਿਕਲੇ ਸੂਲ, ਅਸੀਂ ਲਿਖੀਏ ਤਖਤੀਆਂ ਤੇਰੀਆਂ ਤੈਨੂੰ ਪੜ੍ਹੀਏ ਵਿੱਚ ਸਕੂਲ। ਤੇ ਇੱਕ ਨਜ਼ਮ ਆਪਣੇ ਵਸੇਬ ਦੇ ਹਵਾਲੇ ਨਾਲ, ਮੇਰੀਆਂ ਛੋਟੀਆਂ ਭੈਣਾਂ ਤੇ ਮੇਰੀਆਂ ਵੱਡੀਆਂ ਭੈਣਾਂ ਵੀ ਬੈਠੀਆਂ ਨੇ, ਜਿਹੜੀਆਂ ਵੱਡੀਆਂ ਭੈਣਾਂ ਨੇ ਉਹ ਤੇ ਜਾਣਦੀਆਂ ਨੇ ਕਿ ਅਸੀਂ ਇਹ ਜਿਸ ਵੇਲੇ ਛੋਟ ਛੋਟੀਆਂ ਹੁੰਦੀਆਂ ਸਨ ਤੇ ਗੁੱਡੀਆਂ ਗੁੱਡੇ ਦੇ ਵਿਆਹ ਹੋਣੇ, ਕੁਝ ਸਹੇਲੀਆਂ ਨੇ ਗੁੱਡੇ ਨੂੰ ਸਿਹਰੇ ਬੰਨ ਕੇ ਤੇ ਟੁੱਕਣਾ ਤੇ ਗੁੱਡੀ ਨੂੰ ਟੋਰਨਾ, ਤੇ ਮਾਵਾਂ ਦੀਆਂ ਅੱਖਾਂ ਵਿੱਚ ਉਹੀ ਹੰਝੂ ਹੁੰਦੇ ਸਨ ਜਿਵੇਂ ਉਹ ਸਮਝਦੀਆਂ ਸੀ ਕਿ ਖਬਰੇ ਗੁੱਡੀ ਦੇ ਨਾਲ ਮੈਂ ਆਪਣੀ ਧੀ ਵੀ ਟੋਰਨ ਲੱਗੀ ਆ। ਉਹ ਸਾਰੀਆਂ ਖੇਡਾਂ ਜਿਹੜੀਆਂ ਸਾਡੇ ਤੋਂ ਖਰੀਦ ਗਈਆਂ ਨੇ, ਮੈਂ ਯਾਰਾ ਉਹਨਾਂ ਦੀ ਯਾਤਰਾ ਕਰਾਉਣ ਲੱਗਾ, ਤੁਹਾਨੂੰ ਸੁਣਨਾ ਜ਼ਰਾ। ਬਹੁਤ ਵੱਡੇ ਇੱਕ ਸਾਡੇ ਪੰਜਾਬੀ ਦੀ ਬਹੁਤ ਵੱਡੀ ਧੀ ਮੇਰੇ ਸਾਹਮਣੇ ਬੈਠੀ ਹੈ, ਨਜ਼ਰ ਮੈਂ ਤੁਹਾਡੀ ਨਜ਼ਰ ਕਰ ਰਿਹਾ ਕਿ ਸਾਡੀ ਰੈਤਲ ਬੈਤ ਖੜੀਜ ਗਈ ਸਾਨੂੰ ਸ਼ਹਿਰਾਂ ਲਾਈ ਸਨ, ਸਾਡੀ ਰੈਤਲ ਬੈਤ ਖੜੀਜ ਗਈ ਸਾਨੂੰ ਸ਼ਹਿਰਾਂ ਲਾਈ ਸਨ, ਅੱਜ ਮੁੜ ਮੁੜ ਚੇਤੇ ਆਵਦੇ ਜੰਡ ਬੋੜ ਸ਼ਰੀਆਂ ਵਣ, ਤੇ ਉਹ ਖਿੱਦੋ ਪੀਂਗਾ ਠੀਕਰਾ ਤੇ ਗੁੱਡੀ ਗੁੱਡੇ ਦੀ ਜੰਝ, ਕਿਤੇ ਲੁਕਣ ਮੀਟੀ ਖੇਡਣਾ ਕਿਤੇ ਡੰਡਾ ਡੁੱਕ ਤੇ ਵੰਝ, ਤੇ ਬਣ ਢੋਡੇ ਲੋਹੜੀ ਮੰਗਣਾ, ਕਿਤੇ ਲੁਕਣ ਮੀਟੀ ਖੇਡਣਾ ਕਿਤੇ ਡੰਡਾ ਡੁੱਕ ਤੇ ਵੰਝ, ਤੇ ਬਣ ਢੋਡੇ ਲੋਹੜੀ ਮੰਗਣਾ ਅਤੇ ਘਰ ਘਰ ਪਾਉਣਾ ਸ਼ੋਰ, ਉਹ ਅੱਡੀਆਂ ਗੋਡੇ ਰਗੜਨਾ ਮੀਂਹ ਪੈਣਾ ਜ਼ੋਰੋ ਜ਼ੋਰ, ਉਹ ਅੱਡੀਆਂ ਗੋਡੇ ਰਗੜਨਾ
ਮੀਂਹ ਪੈਣਾ ਜ਼ੋਰੋ ਜ਼ੋਰ, ਉਹ ਸਾਂਝਾ ਛੱਪੜ ਪਿੰਡ ਦਾ ਜਿੱਥੇ ਪਸ਼ੂ ਨੂੰ ਆਏ ਰੱਜ, ਉਹ ਇੱਕ ਦੂਜੇ ਨੂੰ ਡੋਬਣਾ ਫਿਰ ਭਾਜੋ ਭਾਈਆ ਭਾਜੋ। ਵਾਹ ਵਾਹ ਵਾਹ, ਕਿਆ ਕਹਨੇ, ਵਾਹ ਵਾਹ। ਉਹ ਸਾਂਝਾ ਛੱਪੜ ਪਿੰਡ ਦਾ ਜਿੱਥੇ ਪਸ਼ੂ ਨੂੰ ਆਏ ਰੱਜ, ਉਹ ਇੱਕ ਦੂਜੇ ਨੂੰ ਡੋਬਣਾ ਫਿਰ ਭਾਜੋ ਭਾਈਆ ਭੱਜ। ਤੇ ਮਾਵਾਂ ਦਾ ਘਰੀ ਉਡੀਕਣਾ ਭੈਣਾਂ ਦੇ ਕਰਨੇ ਤੇ, ਗੱਭਰੂਆਂ ਕੌਡੀ ਖੇਡਣਾ ਤੇ ਰੱਜ ਰੱਜ ਖਾਣੇ ਘੇ, ਮੁਟਿਆਰਾਂ ਵਿੱਚ ਤਰਿੰਜਣੀ ਤੇ ਗੱਭਰੂ ਵਿੱਚ ਮੈਦਾਨ, ਉਹ ਪੱਗਾਂ ਸ਼ਮਲੇ ਵਾਲੀਆਂ, ਉਹ ਪਰਿਆ ਉਹ ਪ੍ਰਧਾਨ, ਉਹ ਪੁੱਤਰ ਧਰਤੀ ਮਾਂ ਦੇ ਜਿਨ੍ਹਾਂ ਕਦੇ ਨਾ ਤੋੜੇ ਮਾਣ, ਯਾਰਾਂ ਤੋਂ ਸਿਰ ਨੂੰ ਵਾਰਨਾ ਵੀਰਾਂ ਤੋਂ ਵਾਰ ਨੀ ਜਾਣ, ਇਹ ਰਹਿਤਲ ਦੇਸ਼ ਪੰਜਾਬ ਦੀ ਅਸੀਂ ਦਿੱਤੀ ਮਨੋਵਸਾਰ, ਅਸੀਂ ਇੰਜ ਵਸੇਬਾ ਬਦਲਿਆ ਅਸੀਂ ਗਏ ਪਛੋਕੜ ਹਾਰ, ਹੁਣ ਕੀ ਹੁੱਕਿਆਂ ਦਾ ਗੁੜਕਣਾ ਕੀ ਹਿੱਕਣੇ ਡੰਗਰ ਡੋਰ, ਅਸੀਂ ਆਪਣੇ ਆਪ ਨੂੰ ਲੁੱਟਿਆ ਅਸੀਂ ਆਪੇ ਹੀ ਆਪਣੇ ਚੋਰ।